विनिंग पंजाब दा स्पेशल प्रोग्राम सवेर सांझ देख रहे हो तुसीं ते मैं हाँ लखविंदर सिंह मान लेके हाजरा पंजाब दी राजनीति दियां कुछ बड़ियां ते अहम खबरां। गलबात करांगे 2022 दियां चोणां दी। एक बड़ा सियासी धमाका होण जा रहा 2022 दियां चोणां नूं लेके। एक अहम मीटिंग अज चोण कमीशन दी होण जा रही है ते एक बड़ा फैसला लिया जाएगा 2022 दियां चोणां नूं। केड़ा वो फैसला है इस बारे गलबात करांगे ते गलबात करांगे कल किसान जो मोर्चा बने सी किसानां दा संयुक्त मोर्चा बनिया सियासी मोर्चा बनिया उसनूं लैके पंजाब दी राजनीति गरमा गई है। वक्-वक् पार्टियां दे वक्-वक् आगुआं दे वल्लों उहनां दे उप्पर छीटां तसी कीती गई है। किस तरह दे बयान किस तरह दे विचार प्रगट कीते ने किसान मोर्चे नूं लैके वक्-वक् राजनीतिक पार्टियां ने उस बारे भी गलबात करांगे ते गलबात करन दे लई मेरे नाल जुड़े ने प्रोफेसर मनजीत सिंह अणकी साहब। सब तो पहला स्वागत करांगे अणकी साहब, सवेर साझ दे विच स्वागत है। बहुत बहुत शुक्रिया जी। तो अंकित सर ज्यों 2022 दी चोणां नेड़े आ रही ने सियासत भखदी नजर आ रही है लेकिन एक बहुत वड्डी अहम मीटिंग अज चोण कमीशन दी होण जा रही है जिस दी निगाह पूरे इंडिया दी निगाह इस मीटिंग दे उपर होएगी क्योंकि एक बहुत वड्डा ते अहम फैसला लिया जाएगा। गल करिए पिछले दिनी हाई कोर्ट इलाहाबाद उन्हां दे वल्लों एक अपील कीती गई सी नरेंद्र मोदी साहब नूं ते चोण कमीशन नूं कि 2022 दी चोणां नूं मुलतवी कर दिता जावे। कारण दस्या सी कोरोना दा वाधा होया प्रकोप। एक बार फिर तो थर्ड वेव इंडिया दे विच दस्तक दे चुकी है। सो हाई कोर्ट इलाहाबाद दे वल्लों अपील की गई सी नरेंद्र मोदी जी नूं ते चोण कमीशन नूं जिस दे मद्देनजर चोण कमीशन दी अज एक अहम मीटिंग हो रही है जिस दे विच आला अधिकारी सिद्ध डिपार्टमेंट दे विचों भी शिरकत करनगे। सो क्या सराइयां इह लगाइयां जा रही ने कि इस मीटिंग तों बाद एक वड्डा धमाका हो सकदा है, 2022 दीआं चोणां रद्द हो सकदीआं ने। सो भावें कि अजे तक ऐलान नहीं होया लेकिन अहम मीटिंग हैगी, किवें देख रहे हो इस मीटिंग नूं कि इह कोई सियासी स्टंट तां नहीं हैगा नरेंद्र मोदी दा क्योंकि उहनां दे वल्लों अपील तकरीबन तकरीबन मंजूर कर ली गई है, किवें देख रहे हो इस अहम मीटिंग नूं? ਦੇਖੋ ਜਿਹੜੀਆਂ ਇਸ ਵੇਲੇ ਪੰਜ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਣੀਆਂ ਨੇ ਜਿਨ੍ਹਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮਿਜ਼ੋਰਮ, ਮਣੀਪੁਰ ਤੇ ਗੋਆ, ਇਹਨਾਂ ਦੇ ਵਿੱਚ ਲੈ ਕੇ ਸਰਕਾਰ ਜਾਂ ਵਿਰੋਧੀ ਪਾਰਟੀਆਂ ਜਾਂ ਜਿੰਨੀਆਂ ਵੀ ਨੇ ਸਾਰੀਆਂ ਪੱਬਾਂ ਭਾਰ ਨੇ ਔਰ ਬੜਾ ਯਤਨ ਕਰ ਰਹੇ ਨੇ ਕਿ ਜਿਹੜੀਆਂ ਚੋਣਾਂ ਜਿਹੜੀਆਂ ਸਮੇਂ ਸਿਰ ਹੋਣ। ਪਰ ਓਮੀਕਰੋਨ ਦਾ ਜਿਹੜਾ ਇੱਕ ਨਵਾਂ ਖਤਰਾ ਜਿਹੜਾ ਦੇਸ਼ ਵਾਸੀਆਂ ਤੇ ਮੰਡਰਾ ਰਿਹਾ ਉਹਦੇ ਸੰਦਰਭ ਦੇ ਵਿੱਚ ਆਹ ਜਿਹੜੀ ਹਾਈ ਕੋਰਟ ਦੀ ਜਿਹੜੀ ਟਿੱਪਣੀ ਆਈ ਹੈ ਜਾਂ ਹਾਈ ਕੋਰਟ ਦੇ ਸੰਬੰਧੀ ਜਿਹੜਾ ਤੁਸੀਂ ਰੈਫਰੈਂਸ ਕਰ ਰਹੇ ਜੇ, ਇਹ ਹੋ ਸਕਦਾ ਕਿ ਅੱਜ ਚੋਣ ਕਮਿਸ਼ਨ ਇਹਦੇ ਸੰਬੰਧੀ ਕੋਈ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਅੱਜ ਮੀਟਿੰਗ ਹੋ ਰਹੀ ਹੈ, ਚੋਣ ਕਮਿਸ਼ਨ ਓਮੀਕਰੋਨ ਦੇ ਜਿਹੜੇ ਕਹਿਰ ਨੂੰ ਲੈ ਕੇ ਕੋਈ ਇਹਨਾਂ ਚੋਣਾਂ ਦੇ ਸੰਦਰਭ 'ਚ ਫੈਸਲਾ ਜਿਹੜਾ ਲੈ ਸਕੇ। ਇਹਦਾ ਕਾਰਨ, ਫੈਸਲਾ ਲੈਣ ਦਾ ਕਾਰਨ ਇਹ ਹੈ ਕਿ ਤੁਹਾਨੂੰ ਯਾਦ ਹੋਵੇਗਾ ਜਦੋਂ ਪੱਛਮੀ ਬੰਗਾਲ 'ਚ ਚੋਣਾਂ ਹੋਈਆਂ ਸੀ ਤਾਂ ਪੱਛਮੀ ਬੰਗਾਲ 'ਚ ਚੋਣਾਂ ਹੋਈਆਂ ਤਾਂ ਉਸ ਸਮੇਂ ਜਿਹੜੀ ਕੋਰੋਨਾ ਦੀ ਦੂਜੀ ਲਹਿਰ ਆ ਉਹ ਆਪਣੇ ਸਿਖਰ 'ਤੇ ਤਾਂ ਨਹੀਂ ਕਹੀ ਜਾ ਸਕਦੀ, ਉਹ ਅੱਧ ਵਿਚਕਾਰ ਸੀ, ਸਿਖਰ ਤੋਂ ਥੱਲੇ ਵੱਲ ਜਾ ਰਹੀ ਸੀ। ਤਾਂ ਉਸ ਵਕਤ ਵੱਡੇ ਵੱਡੇ ਇਕੱਠ ਪੱਛਮੀ ਬੰਗਾਲ 'ਚ ਜਦੋਂ ਹੋਏ ਤਾਂ ਉੱਥੇ ਕੋਰੋਨਾ ਦਾ ਜਿਹੜਾ ਕਹਿਰ ਆ ਉਹ ਕਾਫੀ ਵੇਖਣ ਨੂੰ ਮਿਲਿਆ ਤੇ ਉਸ ਸਮੇਂ ਜਿਹੜੇ ਕੁਝ ਮੌਤਾਂ ਵੀ ਹੋਈਆਂ ਤੇ ਹਾਲਾਂਕਿ ਉਹ ਚੋਣਾਂ ਤੋਂ ਬਾਅਦ, ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਮਦਰਾਸ ਹਾਈ ਕੋਰਟ ਦੇ ਵਿੱਚ ਕਿਸੇ ਇੱਕ ਹੁਕਮ ਆਇਆ ਸੀ, ਮੈਨੂੰ ਯਾਦ ਅਜੇ ਤੱਕ, ਇੱਕ ਉਹਨਾਂ ਨੇ ਆਪਣਾ ਫੈਸਲਾ ਸੁਣਾਇਆ ਮਦਰਾਸ ਹਾਈ ਕੋਰਟ ਨੇ। ਉਹ ਫੈਸਲਾ ਇਹ ਸੀ ਕਿ ਕਿਉਂ ਨਾ ਜਿਹੜਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਤੇ ਕਤਲ ਦਾ ਜਿਹੜਾ ਪਰਚਾ ਆ ਉਹ ਦਰਜ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਹੀ ਹੁਕਮਾਂ ਦੇ ਨਾਲ ਜਿਹੜੀਆਂ ਚੋਣਾਂ ਹੋਈਆਂ ਸਨ ਤਾਂ ਚੋਣਾਂ ਦੇ ਦਰਮਿਆਨ ਜਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਜਾਂ ਹੋਰ ਕੋਰੋਨਾ ਦੇ ਜਿਹੜੇ ਅਪਵਾਅ ਸੀ ਉਹਨਾਂ ਦਾ ਧਿਆਨ ਜਿਹੜਾ ਨਹੀਂ ਸੀ ਰੱਖਿਆ ਗਿਆ ਤਾਂ ਫਿਰ ਉਹਦੇ ਅਕੋਰਡਿੰਗ ਦੀ ਜਿਹੜੀਆਂ ਮੌਤਾਂ ਹੋਈਆਂ ਤਾਂ ਮਦਰਾਸ ਹਾਈ ਕੋਰਟ ਨੇ ਸਾਰਾ ਜ਼ਿੰਮੇਵਾਰੀ ਜਿਹੜੀ ਸੀ ਚੋਣ ਅਧਿਕਾਰੀਆਂ ਜਾਂ ਚੋਣ ਕਮਿਸ਼ਨ ਤੇ ਸੁੱਟੀ ਸੀ। ਤਾਂ ਉਹਨਾਂ ਨੇ ਆਖਿਆ ਸੀ ਕਿ ਕਿਉਂ ਨਾ ਇਹ ਜਿਹੜੇ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਇਹਨਾਂ ਦੇ ਖਿਲਾਫ ਜਿਹੜਾ ਉਹ ਪਰਚਾ ਜਿਹੜਾ ਉਹ ਕਤਲ ਦਾ ਪਰਚਾ ਜਿਹੜਾ ਦਰਜ ਕੀਤਾ ਜਾਵੇ, ਹਾਲਾਂਕਿ ਕੋਈ ਕਾਰਵਾਈ ਹੋਈ ਉਹਦੇ ਉੱਤੇ ਜਾਂ ਨਹੀਂ ਹੋਈ ਇਹ ਇੱਕ ਵੱਖਰਾ ਇਸ਼ੂ ਆ। ਪਰ ਮਦਰਾਸ ਹਾਈ ਕੋਰਟ ਨੇ ਬੜਾ ਇੱਕ ਸਖਤ ਸਟੈਂਡ ਲਿਆ ਸੀ, ਹਾਲਾਂਕਿ ਚੋਣਾਂ ਜਿਹੜੀਆਂ ਪੱਛਮੀ ਬੰਗਾਲ ਦੀਆਂ ਸਨ ਪਰ ਪੱਛਮੀ ਮਦਰਾਸ ਹਾਈ ਕੋਰਟ ਨੇ ਇਸ ਸੰਬੰਧੀ ਆਪਣਾ ਜਿਹੜਾ ਵਰਸ਼ਨ ਪੇਸ਼ ਕੀਤਾ ਤੇ ਉਹ ਜੇ ਇਸ ਪ੍ਰਸੰਗ ਦੇ ਵਿੱਚ ਜਿਹੜੀਆਂ ਅੱਜ ਦੀਆਂ ਸਥਿਤੀਆਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਪਈਆਂ ਨੇ ਕਿਉਂਕਿ ਓਮੀਕਰੋਨ ਦੇ ਜਿਹੜੇ ਅੱਜ ਦੀ ਤਰੀਕ ਤੱਕ 422 ਕੇਸ ਜਿਹੜੇ ਆ ਉਹ ਭਾਰਤ ਵਿੱਚ ਪਾਏ ਗਏ ਨੇ। ਇਹ ਹਾਲਾਂਕਿ ਜਿਹੜੇ WHO ਆ ਉਹਦੇ ਅਨੁਸਾਰ ਓਮੀਕਰੋਨ ਦਾ ਕਹਿਰ ਜਿਹੜਾ ਤੇਜ਼ੀ ਨਾਲ ਫੈਲਿਆ ਪਰ ਇਹ ਇੱਕ ਛੋਟਾ ਹੋਵੇਗਾ, ਇਸ ਤਰ੍ਹਾਂ ਦਾ ਦੌਰ ਜਿਹੜਾ ਉਹ ਛੋਟਾ ਹੋਵੇਗਾ, ਇਹ ਵੀ ਇੱਕ ਸਟੇਟਮੈਂਟ ਜਿਹੜੀ ਆ ਉਹ ਸਾਹਮਣੇ ਆਈ ਹੈ। ਪਰ ਕਿਉਂਕਿ ਜਿਹੜੀਆਂ ਚੋਣਾਂ ਜੇ ਹੁੰਦੀਆਂ ਨੇ
वो तो संविधान के अनुसार 5 साल बाद होनी होनी है, तो कुदरती तौर पर वड्डे वड्डे इकट्ठ या वड्डी वड्डिया रैलियां होनिया ने, तो वह जो रैलियां होनगियां फिर सोशल डिस्टेंसिंग का मास्क का या होर बहुत कुछ यहोजा कि जिस दियां धज्जियां उड्डनियां हन। दूजे पासे कुछ स्टेट्स इस तरह ने कि जिन्हां वल्लों रात का जिहड़ा करफ्यू आ वह भी लगा दिता गया। तो हुण जिहड़ी अज चोण कमिशन के अधिकारियों की जिहड़ी अज मीटिंग है इसे प्रसंग दे विच हो रही है कि क्यों ना चोणां जिहड़ियां मुलतवी कर दित्तियां जाण। जब तक मेरी निजी राय हैगी है जां जब तक मेरा निजी ख्याल मेरा नहीं ख्याल कि चोन कमिशन ये संबंधी कोई यहोजा फैसला लवे कि चोणां जिहड़ियां मुलतवी कर दित्तियां जाण, क्योंकि जेकर चोणां मुलतवी करदे ने तां उस नाल एक संविधानक संकट जिहड़ा कुछ समय का वह जिहड़ा पैदा हो सकता, क्यों उहदे वास्ते हो सकता कि चोन कमिशन अपना हल्फनामा दायर करे कि असीं चोणां दे दौरान जिहड़ियां पार्टियां होणा उहनां नूं पूर्ण तौर ते इन्नी गल कहांगे कि तुसीं इन्हां चीज़ां दा ध्यान रखो, सोशल डिस्टेंसिंग दा जां होर वी कुछ, क्योंकि चोणां मुलतवी करन दा फैसला एक बड़ा वड्डा जिहड़ा उह फैसला हैगा जिहड़ा मेरा नहीं ख्याल कि इहो जिहे दौर च अज तक कदे लिया गया होवे किसी भी वड्डे वड्डे हालातों के। एक बार मैं याद आ 1992 दी चोणां ऐन उस समय मुलतवी कर दित्तियां गईआं सन जदों सवेरे चोणां होणियां सी, ते हालांकि पोलिंग पार्टियां वी आपणे टिकाणे ते पहुंच गईआं सी। उस वेले टी एन सैशन आया पीवी नरसिम्हा राओ की सरकार सी उत्ते, तां उदों उह चोणां ऐन कोई मुक्त अतवाद दा जां कोई इहो जिहीआं स्थितियां दा लै के 92 तो पहले की गल 1991 के मुलतवी करते, 1992 फिर पंजाब सरकार जी बेअंत सिंह की सरकार बनी सी। सो पर हूँ क्योंकि ओमिक्रोन का खतरा जिहड़ा हैगा उस संदर्भ में स्थितियां कुछ होर सोच सकती हैं, पर मेरा नहीं ख्याल मतलब जो बाकी स्थिति जी 11:30 बजे तक पूर्ण तौर पर स्पष्ट हो जाएगी कि चोन कमिशन ये संबंधी की फैसला जिहड़ा वो लै रहा। ये नाल ही नाल तुसीं सवाल विच कीता सी कि भाजपा जिहड़े नरेंद्र मोदी ने इस गल नूं मान लिया उन्होंने इस जिहड़ी हाई कोर्ट दी इक गल करदे हाई कोर्ट नूं अपील करन दी लोड़ नहीं, हाई कोर्ट निर्देश दे जिहड़े वो दे सकती है। उस तो बाद अजे सुप्रीम कोर्ट पर आया जां बड़ा कुछ इहो जिहा जिहड़ा हैगा तां मोदी हुणी जां भाजपा दी जिहड़ी केंद्र सरकार आ मेरा नहीं ख्याल वह चाहेगी, क्योंकि इस वेले माहौल जिहड़ा अजे तक तां उहनां दे हक दे विच ही है। यूपी खास तौर पर जेकर नज़र मारी तो जेकर उन्होंने टाइम थोड़ा जिहा मिलता तो शायद विरोधी पार्टियां किसी तरीके दे नाल वो अपना सिर चुक सकते हैं, किसान अंदोलन का फायदा भी वो लैण दे बूट च ने, तो जेकर वह चोणां मुलतवी हुंदे मैं राजनीतिक पक्ष तों गल कर रहा। तो दूजे पास जिस तरीके राजनीतिक माहौल भखिया पाया तो किसान जिहड़े ने उन्होंने भी अपन पार्टियां बना रही ने, जेकर वह किसान अपने मोर्चे चोन मैदान च आते हैं तो भाजपा की जी फैसला जरा उन्होंने दाग खेड काले कानून वापस लैके समय के थोड़े जे गेड़ च यह लम्मा भी जा सकता, क्योंकि किसान जथेबंदियां पूरी सरगर्मी अगर वधनगियां, भाजपा जरा सिरा लैन की कोशिश कर रही है पंजाब या यूपी के, वह फिर सिरा वंडिया भी जा सकता। सो य एक बड़ा एक दबंध ज दबंधात्मक ज फैसला चोणा इन्नी छेती मेरा नहीं ख्याल कि अजे कोई एडा जी स्थिति है एडी स्थिति आ गई होगी जो चोणा मुलतवी कर दी पैन। बाकी जी आने वाली स्थिति है मतलब जी साफ आज दोपहरे 11 बजे तक जी जी स्पष्ट जी हो जाएगी। जी मान साहब ਗੁਰਦੀਪ ਸਾਹਿਬ ਜਿਵੇਂ ਤੁਸੀਂ ਹੁਣ ਰਾਜਨੀਤਿਕ ਪੱਖ ਦੀ ਗੱਲ ਕਰ ਰਹੇ ਹੋ ਭਾਜਪਾ ਦੀ, ਲੇਕਿਨ ਜੇਕਰ ਪਿਛਲੀਆਂ ਤੁਸੀਂ ਅੱਜ ਕਹਿ ਰਹੇ ਹੋ ਗ੍ਰਾਫ ਅੱਛਾ ਹੈ ਉਹਨਾਂ ਦਾ, ਪੈਡ ਬਣਦੀ ਜਾ ਰਹੀ ਹੈ ਉਹਨਾਂ ਦੀ ਰਾਜਨੀਤਿਕ ਕਰਿਆਰ ਦੇ ਵਿੱਚ, ਲੇਕਿਨ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਉਹ ਬੁਰੀ ਤਰੀਕੇ ਨਾਲ ਹਾਰੇ ਸੀ, ਕੀ ਅਜੇ ਤੱਕ ਉਹ ਸੰਭਲ ਕੇ ਹੋਣਗੇ ਉਹ ਚੋਣ ਨਤੀਜਿਆਂ ਤੋਂ, ਜਿਸ ਤਰ੍ਹਾਂ ਨਤੀਜੇ ਹਰ ਇੱਕ ਜਗ੍ਹਾ ਦੇ ਉੱਪਰ ਨਤੀਜਾ ਭਾਜਪਾ ਦੇ ਅਗੇਂਸਟ ਗਿਆ ਸੀਗਾ, ਕੀ ਇੰਨੀ ਜਲਦੀ ਉਹ ਸਥਿਤੀ ਨੂੰ ਸੰਭਾਲਣਗੇ? ਹੋ ਸਕਦਾ ਵੀ ਚੀਜ਼ ਨੂੰ ਦੇਖਦੇ ਹੋ ਵੀ ਸਾਨੂੰ ਥੋੜਾ ਟਾਈਮ ਮਿਲ ਜਾਏਗਾ, ਮੋਦੀ ਵੀ ਹੁੰਗਾਰਾ ਭਰਦਣ ਠੀਕ ਹੈ, ਕਿਉਂਕਿ ਚੋਣ ਕਮਿਸ਼ਨ ਵੀ ਜੇ ਆਪਾਂ ਦੂਜੇ ਤੌਰ ਤੇ ਦੇਖੀਏ ਤੇ ਮੋਦੀ ਸਾਹਿਬ ਤੋਂ ਬਾਹਰ ਨਹੀਂ ਹੋ ਰਹੇ, ਕਿਵੇਂ ਦੇਖੋਗੇ? नहीं बिल्कुल बिल्कुल ये तो फिर सरकार की मंशा जी साफ दिखाई देगी। जे तो चोन कमीशन वाकई इसे अपने अपनी निरोलता ज अपनी निरपक्षता कायम रखता तो फिर वह फैसला वेख्या जाएगा। तो जे थोड़े वाली गल कि जेकर इस तरीके जी स्थिति बयान की है कि भाजपा जी बीते दौर से काफ़ी सीटा हार चुकी है, पश्चिम बंगाल च भी उसमें सट बजी बड़ी करारी, हिमाचल के भी वजी, तो शायद वो थोड़ा जहा अपना समय की मंग जी कर सकती अपनी स्थिति सुधारण। जेकर यहोजी स्थिति सामने आती है तो फिर तो कुदरती तौर पर मान साहब आज जी गल तुसी कह रहे जे कि चोन कमीशन का जरा पूर्ण तौर पर प्रभाव यह दिखाई देगा कि वह केंद्र सरकार के प्रभाव हेठ ही काम कर रहा। बाकी कई मुद्दों से यह गल सामने आई भी है कि चोन कमीशन ने हमेशा जोड़े फैसले रहे हैं वह हमेशा केंद्र के पक्षी रहे नहीं जां केंद्र की भाजपा सरकार के पक्षी रहे हैं। तो हाँ यह भी गल कुछ हो सकते कुछ स्थितियों के कि भाजपा को स्थिति सुधारण का मौका जिहड़ा देता जाए कि इस तरीके ने चोणां मुलतवी करके भाजपा जी अपनी स्थिति सुधार सके, एक राजनीतिक प्रसंग दे विच एक चाल हो सकती है जी प्रधानमंत्री नरेंद्र मोदी जां केंद्र की भाजपा सरकार ने हाईकोर्ट के राही जी वह खेडी हो। इस तरह की पॉसिबिलिटी सरकार जे चाहे क्योंकि एक पासे तो यह भी तुम याद होगा आम तौर पर क्या सराइया लाइया जा रही सन कि जोड़ा चोन जापदा 10 चोन जापदा उस 27
ਤਰੀਕ ਨੂੰ ਲੱਗ ਸਕਦਾ, ਫਿਰ 4 ਜਨਵਰੀ ਨੂੰ ਲੱਗ ਸਕਦਾ, ਕਿਉਂਕਿ 15 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜੀ ਸਰਕਾਰ ਆ ਉਹ ਬਣਨੀ ਜ਼ਰੂਰੀ ਆ। 15 ਤਾਂ ਜੇਕਰ ਅੱਜ 27 ਤਰੀਕ ਹੈਗੀ, ਅੱਜ ਚੋਣ ਚਾਪਤਾ ਨਹੀਂ ਲੱਗਦਾ, ਉਸ ਤੋਂ ਬਾਅਦ 4 ਜਨਵਰੀ ਦੀ ਗੱਲ ਹੈ, ਤਾਂ 4 ਜਨਵਰੀ ਜਿਹੜਾ 45 ਦਿਨ ਜਾਂ 42 ਦਿਨ ਦਾ ਪੀਰੀਅਡ ਹੁੰਦਾ ਕਿ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਪਹਿਲਾਂ ਚੋਣ ਚਾਪਤਾ ਜਿਹੜਾ ਲੱਗਣਾ ਹੁੰਦਾ। ਤਾਂ ਅਜੇ ਤੱਕ ਚੋਣ ਜ਼ਾਬਤੇ ਦੀ ਕੋਈ ਵੀ ਗੱਲ ਕੇਂਦਰ ਸਰਕਾਰ ਵੱਲੋਂ ਮਾਫ ਕਰਦਾ ਚੋਣ ਕਮਿਸ਼ਨ ਵੱਲੋਂ ਨਹੀਂ ਕਹੀ ਗਈ, ਹਾਲਾਂਕਿ ਉਹ ਕਿਸੇ ਵਕਤ ਵੀ ਲੱਗ ਸਕਦਾ। ਤਾਂ ਚੋਣ ਆਦਰਸ਼ ਚੋਣ ਜ਼ਾਬਤੇ 'ਚ ਦੇਰੀ ਜਿਹੜੀ ਹੈ ਇਹ ਵੀ ਲੋਕਾਂ ਦੇ ਮਨਾਂ 'ਚ ਇਸ ਸਵਾਲ ਨੂੰ ਪੈਦਾ ਕਰਦੀ ਪਈ ਹੈ ਕਿ ਸ਼ਾਇਦ ਭਾਜਪਾ ਵਾਸਤੇ ਹੀ ਮੌਕਾ ਬਣਾਇਆ ਜਾ ਰਿਹਾ, ਕਿਉਂਕਿ ਯੂਪੀ ਦੇ ਵਿੱਚ ਵੀ ਭਾਜਪਾ ਨੇ ਅਜੇ ਕੁਝ ਐਲਾਨ ਜਿਹੜੇ ਕਰਨੇ ਨੇ, ਪੰਜਾਬ ਦੇ ਵਿੱਚ ਤਾਂ ਐਲਾਨ ਕਰ ਚੁੱਕੀ, ਤਾਂ ਅਜਿਹੇ ਐਲਾਨਾਂ ਕਰਨ ਵਾਸਤੇ ਹੀ ਸ਼ਾਇਦ ਭਾਜਪਾ ਨੂੰ ਕੁਝ ਸਮਾਂ ਜਿਹੜਾ ਚੋਣ ਕਮਿਸ਼ਨ ਦੇ ਰਿਹਾ। ਅਤੇ ਇਹ ਜਿਹੜੀ ਅੱਜ ਦੀ ਸਥਿਤੀ ਤੁਸੀਂ ਬਿਆਨ ਕੀਤੀ ਆ, ਇਹਦੇ ਵਿੱਚ ਵੀ ਸੰਭਾਵਨਾ ਜਿਹੜੀ ਵੇਖੀ ਜਾ ਸਕਦੀ ਹੈ ਕਿ ਸ਼ਾਇਦ ਭਾਜਪਾ ਨੂੰ ਥੋੜ੍ਹਾ ਜਿਹਾ ਮੌਕਾ ਹੋਰ ਦਿੱਤਾ ਜਾ ਰਿਹਾ ਕਿ ਉਹ ਆਪਣਾ ਇਹਨਾਂ ਰਾਜਾਂ ਦੇ ਵਿੱਚ ਜਿੱਥੇ ਚੋਣਾਂ ਹੋਣੀਆਂ ਨੇ ਆਪਣੀ ਸਥਿਤੀ ਦੇ ਗ੍ਰਾਫ ਨੂੰ ਉੱਚਾ ਕਰ ਸਕਣ। ਜੀ ਮਾਨ ਸਾਹਿਬ, ਬਿਲਕੁਲ ਸਰ ਬਿਲਕੁਲ। ਚਲੋ ਇਹ ਤਾਂ ਕਲੀਅਰ ਹੋ ਜਾਏਗਾ ਕਿ ਮੋਦੀ ਸਰਕਾਰ ਦੀ ਕਿੰਨਾ ਕੁ ਪ੍ਰਭਾਵ ਹੇਠ ਹੈ ਚੋਣ ਕਮਿਸ਼ਨ ਤੇ। ਚੋਣ ਕਮਿਸ਼ਨ ਦੀ ਮੀਟਿੰਗ ਤੋਂ ਬਾਅਦ ਤਕਰੀਬਨ ਜਿਵੇਂ ਤੁਸੀਂ ਕਿਹਾ 11-12 ਵਜੇ ਇਹ ਤਸਵੀਰ ਸਾਫ਼ ਹੋ ਜਾਵੇਗੀ ਕਿ 5 ਵਿਧਾਨ ਸਭਾ ਜੋ ਹੋਣੀਆਂ ਨੇ ਅੱਗੇ 5 ਸੂਬੇ ਵਿੱਚ ਹੋਣਗੀਆਂ ਜਾਂ ਰੱਖਣ, ਕਿ ਭਾਜਪਾ ਨੂੰ ਹੋਰ ਮੌਕਾ ਮਿਲੇਗਾ ਆਪਣੀ ਛਵੀ ਸੁਧਾਰ ਨੂੰ, ਜਾਂ ਫਿਰ ਇਸੇ ਤਰ੍ਹਾਂ ਦੀ ਛਵੀ ਲੈ ਕੇ ਉਹਨਾਂ ਨੂੰ ਇਲੈਕਸ਼ਨ ਲੜਨੇ ਪੈਣਗੇ। ਸੋ ਇਹ ਸ਼ਾਮ ਤੱਕ ਕਲੀਅਰ ਹੋ ਜਾਏਗਾ। ਸੋ ਅਗਲੀ ਆਪਾਂ ਗੱਲ ਕਰੀਏ ਹੁਣ ਪੰਜਾਬ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ, ਜਿਨ੍ਹਾਂ ਦੇ ਵੱਲੋਂ ਇੱਕ ਨਵਾਂ 25 ਜਥੇਬੰਦੀਆਂ ਦੇ ਵੱਲੋਂ ਨਵਾਂ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ, ਰਾਜਨੀਤਿਕ ਮੋਰਚਾ ਬਣਾਇਆ ਗਿਆ। ਭਾਵੇਂ ਕਿ ਉਹਨਾਂ ਨੇ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਨਹੀਂ ਕੀਤਾ, ਲੇਕਿਨ ਉਹਨਾਂ ਨੇ ਮੋਰਚਾ ਬਣਾਇਆ, ਤੇ ਨਾਲ ਹੀ ਨਾਲ ਰਾਜੇਪਾਲ ਸਾਹਿਬ ਵੱਲੋਂ ਇੱਕ ਬਿਆਨ ਆਇਆ ਸੀ ਕਿ ਉਹ ਆਪਣੀ ਪਾਰਟੀ ਨਾਲ ਬਣਾ ਕੇ ਇਹ ਮੋਰਚਾ ਕਿਸੇ ਹੋਰ ਚੋਣ ਨਿਸ਼ਾਨ ਦੇ ਉੱਪਰ ਇਲੈਕਸ਼ਨ ਲੜਨਗੇ। ਇਹਨਾਂ ਦੇ ਉੱਪਰ ਸਵਾਲ ਚੁੱਕੇ ਗਏ ਨੇ ਵੱਖ ਵੱਖ ਪਾਰਟੀਆਂ ਦੇ ਵੱਲੋਂ, ਤੇ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਇੱਕ ਬਿਆਨ ਵੀ ਆਏ ਨੇ ਦੀਪ ਸਿੱਧੂ ਦੇ ਵੱਲੋਂ, ਇੱਕ ਬਿਆਨ ਆਇਆ ਸੀਗਾ ਕਿ ਥੈਲੇ ਦੇ ਵਿੱਚੋਂ ਬਿੱਲੀ ਬਾਹਰ ਆ ਗਈ। ਉਹ ਕਹਿੰਦਾ ਇੱਕ ਨਹੀਂ ਤਕਰੀਬਨ 22-23 ਬਿੱਲੀਆਂ ਇਕੱਠੀਆਂ ਬਾਹਰ ਆ ਗਈ। ਕਹਿਣ ਦਾ ਮਤਲਬ ਇਹ ਜਥੇਬੰਦੀਆਂ ਦੀ ਅਸਲੀ ਮਨਸ਼ਾ ਸਾਹਮਣੇ ਆ ਚੁੱਕੀ ਆ, ਕਿਉਂਕਿ ਪਹਿਲਾਂ ਵੀ ਬਲੇਮ ਲੱਗਦੇ ਰਹੇ ਸੀ ਭਾਜਪਾ ਵੱਲੋਂ ਵੀ ਵੱਖ ਵੱਖ ਆਗੂਆਂ ਦੇ ਵੱਲੋਂ ਕਿ ਜਿਹੜਾ ਕਿਸਾਨ ਸੰਯੁਕਤ ਕਿਸਾਨ ਮੋਰਚੇ ਦਾ ਐਜੀਟੇਸ਼ਨ ਚੱਲ ਰਿਹਾ ਸੀ, ਉੱਥੇ ਅੰਦੋਲਨ ਚੱਲ ਰਿਹਾ ਸੀਗਾ, ਉਹ ਸਿਰਫ ਔਰ ਸਿਰਫ ਆਪਣੇ ਸਿਆਸੀ ਹਿੱਤਾਂ ਦੇ ਲਈ ਚੱਲ ਰਿਹਾ ਸੀਗਾ। ਸੋ ਉਹ ਗੱਲਾਂ ਸਾਫ਼ ਹੁੰਦੀਆਂ ਨਜ਼ਰ ਆ ਰਹੀਆਂ ਨੇ, ਜਿਵੇਂ ਕਿ ਪਹਿਲਾਂ ਵੀ ਭਾਜਪਾ ਦੇ ਕਈ ਆਗੂ ਹਰਜੀਤ ਗਰੇਵਾਲ ਦੀ ਗੱਲ ਕਰੀਏ, ਉਹ ਅਕਸਰ ਆਪਦੇ ਬਿਆਨਾਂ ਦੇ ਵਿੱਚ ਕਹਿੰਦੇ ਸੀ ਕਿ ਜਦੋਂ ਇਹ ਮੋਰਚਾ ਖਤਮ ਹੋਏਗਾ ਜਾਂ ਵਿਰਾਮ ਲੱਗੇਗਾ, ਉਸ ਤੋਂ ਬਾਅਦ ਇਹ ਰਾਜਨੀਤਿਕ ਮਨਸ਼ਾ ਦੇ ਨਾਲ ਮੋਰਚਾ ਚਲਾਇਆ ਜਾ ਰਿਹਾ, ਭਾਜਪਾ ਦੇ ਨਾਲ ਕੋਈ ਲੈਣ ਦੇਣ ਨਹੀਂ, 3 ਕਾਲੇ ਕਾਨੂੰਨਾਂ ਨਾਲ ਕੋਈ ਲੈਣ ਦੇਣ ਨਹੀਂ। ਸੋ ਗੱਲਾਂ ਸੱਚ ਹੁੰਦੀਆਂ ਸਾਬਤ ਨਜ਼ਰ ਆ ਰਹੀਆਂ ਨੇ, ਤੇ ਵੱਖ ਵੱਖ ਆਗੂਆਂ ਦੇ ਵੱਲੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਵੱਡੇ ਵੱਡੇ ਇਲਜ਼ਾਮ ਸੰਯੁਕਤ ਸਮਾਜ ਮੋਰਚੇ ਉੱਪਰ ਲੱਗਦੇ ਹੋਏ ਨਜ਼ਰ ਆ ਰਹੇ ਨੇ। ਕਿਵੇਂ ਦੇਖ ਰਹੇ ਹੋ, ਸਟਾਰਟਿੰਗ ਹੋਈ ਹੈ, ਆਗਾਜ਼ ਹੋਇਆ ਤੇ ਵੱਡੇ ਵੱਡੇ ਇਲਜ਼ਾਮ? ਇਹ ਤਾਂ ਮਾਨ ਸਾਹਿਬ ਸੁਭਾਵਿਕ ਸੀ, ਜਦੋਂ ਰਾਜਨੀਤਿਕ ਮੋਰਚਾ SKM ਸੰਯੁਕਤ ਕਿਸਾਨ ਮੋਰਚਾ ਜਦੋਂ SSM 22 ਜਥੇਬੰਦੀਆਂ ਲੈ ਕੇ ਤਬਦੀਲ ਹੋਇਆ, ਤਾਂ ਇਹ ਕੁਝ ਹੋਣਾ ਸੁਭਾਵਿਕ ਸੀ ਜੋ ਕੁਝ ਹੋ ਰਿਹਾ। ਹਰ ਪਾਰਟੀ ਨੇ ਤਿੱਖਾ ਪ੍ਰਤੀਕਰਨ ਜਿਹੜਾ ਉਹ ਇਸ ਸੰਯੁਕਤ ਕਿਸਾਨ ਮੋਰਚੇ ਦੇ ਸੰਬੰਧ ਵਿੱਚ ਉਹਨਾਂ ਨੇ ਦਿੱਤਾ, ਔਰ ਇਹਦੀ ਵੱਖ ਵੱਖ ਵਰਗਾਂ ਵੱਲੋਂ ਆਪਣੇ ਤਰੀਕੇ ਦੇ ਨਾਲ ਆਲੋਚਨਾ ਵੀ ਹੋ ਰਹੀ ਆ, ਸ਼ਲਾਘਾ ਵੀ ਹੋ ਰਹੀ ਆ, ਔਰ ਨਿੰਦਾ ਵੀ ਹੋ ਰਹੀ ਹੈ। ਜੇਕਰ ਨਿੰਦਾ ਤਾਂ ਤੁਸੀਂ ਇਹ ਦੇਖ ਲਓ ਕਿ ਜਿਹੜੀ ਆਲੋਚਨਾ ਜਿਹੜੀ ਹੈ ਇਸ ਵਕਤ ਵੇਖ ਲਓ, ਜਿਹੜੇ ਦਰਸ਼ਨਪਾਲ ਹੋਣੀ ਉਹ ਵੀ ਕੱਲ੍ਹ ਟੀਵੀ 'ਤੇ ਬੋਲਦੇ ਨਜ਼ਰ ਆਏ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜੇਕਰ ਇਹ ਮੋਰਚਾ ਤਾਂ ਚਲੋ ਬਣ ਗਿਆ ਹੁਣ ਸੰਯੁਕਤ ਸਮਾਜ ਮੋਰਚਾ, ਤਾਂ ਇਹ ਜੇਕਰ ਚੋਣਾਂ ਦੇ ਵਿੱਚ ਕੱਖ ਵੀ ਨਾ ਕਰ ਸਕਿਆ ਜਾਂ ਕਰ ਵੀ ਸਕਿਆ, ਤਾਂ ਇਹ ਫਿਰ ਜਿਹੜੇ ਬੰਦੇ ਵਿੱਚ ਬਣੇ ਨੇ ਇਹ ਕਿਸਾਨ ਵੀ ਨਹੀਂ ਰਹਿਣਗੇ। ਇਹ ਬੜੀ ਵੱਡੀ ਡਾਕਟਰ ਦਰਸ਼ਨਪਾਲ ਹੋਣਾਂ ਦੀ ਜਿਹੜੀ ਇੱਕ ਸਟੇਟਮੈਂਟ ਆ, ਜਿਹੜੀ ਉਹਨਾਂ ਨੇ ਆਪਣੇ ਸਾਥੀਆਂ ਦੇ ਖਿਲਾਫ ਹੀ ਦਿੱਤੀ ਹੈ, ਮੋਰਚੇ ਦੇ ਖਿਲਾਫ ਹੀ ਦਿੱਤੀ ਹੈ। ਤਾਂ ਇਹ ਸੁਭਾਵਕ ਸੀ ਕਿ ਜਦੋਂ ਇਹ 32 ਕਿਸਾਨ ਜਥੇਬੰਦੀਆਂ ਜਦੋਂ ਇੱਕ ਸਾਂਝਾ ਸੰਘਰਸ਼ ਨੂੰ ਲੈ ਕੇ ਚੱਲੀਆਂ, ਅੰਦੋਲਨ ਨੂੰ ਲੈ ਕੇ ਚੱਲੀਆਂ, ਤਾਂ ਉਹ ਅੰਦੋਲਨ ਕਿਸਾਨ ਪੱਖੀ ਸੀ, ਲੋਕਾਂ ਦੇ ਪੱਖੀ ਸੀ, ਤਾਂ ਉਹ ਲੋਕਾਂ ਦੇ ਪੱਖੀ ਕਿਸਾਨ ਅੰਦੋਲਨ ਲੋਕਾਂ ਨੇ ਆਪਣਾ ਪੂਰਨ ਸਮਰਥਨ ਦਿੱਤਾ, ਸਹਿਯੋਗ ਦਿੱਤਾ, ਹਰ ਤਰੀਕੇ ਨਾਲ ਦਿੱਤਾ, ਅਤੇ ਇਹ ਮੋਰਚਾ ਜਿਹੜਾ ਸੀ ਇਹ ਸਫਲ ਹੋਇਆ, ਕਾਲੇ ਕਾਨੂੰਨ ਵਾਪਸ ਹੋਏ। ਪਰ ਉਹ ਕਾਲੇ ਕਾਨੂੰਨ ਵਾਪਸ ਹੋਣ ਦੇ ਮਗਰੋਂ ਜਿਸ ਤਰੀਕੇ ਨਾਲ ਇਹਨਾਂ ਦੀਆਂ ਰਾਜਨੀਤਿਕ ਇੱਛਾਵਾਂ ਮਨਸ਼ਾਵਾਂ ਜਿਹੜੀਆਂ ਵਧੀਆਂ ਨੇ, ਉਹ ਤਾਂ ਕੁਦਰਤੀ ਤੌਰ 'ਤੇ ਸਾਰਿਆਂ ਦੇ ਸਾਹਮਣੇ ਨੇ, ਉਹਦੇ ਸੰਬੰਧੇ ਤਾਂ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਚੋਣਾਂ ਲੜਨ ਦੇ ਮੂਡ ਨੂੰ ਜਾਂ ਆਪਣੀ ਪਾਰਟੀ ਜਾਂ ਆਪਣਾ ਮੋਰਚਾ ਬਣਾਉਣ ਦੇ ਸੰਦਰਭ ਦੇ ਵਿੱਚ ਹੀ ਇਹ 22 ਮਾਫ ਕਰਦਾ ਇਹ 32 ਜਥੇਬੰਦੀਆਂ ਇੱਕ ਮਤ ਨਹੀਂ ਸਨ, ਜਿਹਦੇ ਵਿੱਚੋਂ 9 ਅਲੱਗ ਹੋ ਗਈਆਂ, 22 ਇੱਕ ਪਾਸੇ ਹੋ ਗਈਆਂ। ਬਲਵੀਰ ਸਿੰਘ ਰਾਜੇਵਾਲ ਹੋਣਾਂ ਨੂੰ ਉਹਨਾਂ ਨੇ ਇਸ ਦਾ ਜਿਹੜਾ ਪ੍ਰਧਾਨ ਮੁਖੀ ਜਿਹੜਾ ਉਹ ਥਾਪ ਦਿੱਤਾ। ਤਾਂ ਬੀਤੇ ਦੌਰ 'ਚ SKM ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੀ ਆਲੋਚਨਾ ਕਰਦਾ ਰਿਹਾ, ਕਿਸੇ ਨੇ ਵੀ ਕਿਸੇ ਵੀ ਲੀਡਰ ਨੂੰ ਇਹਨਾਂ ਪਾਰਟੀਆਂ ਨੇ ਆਪਣੇ ਲਾਗੇ ਨਹੀਂ ਆਉਣ ਦਿੱਤਾ। ਈਵਨ ਕਿ ਚੰਡੀਗੜ੍ਹ 'ਚ ਜਦੋਂ ਇਹਨਾਂ ਨੇ ਇੱਕ ਦਰਬਾਰ ਲਾਇਆ ਤੇ ਸਾਰੀਆਂ ਪਾਰਟੀਆਂ ਨੂੰ ਇਹ ਕਿਹਾ ਕਿ ਤੁਸੀਂ ਆਣ ਕੇ ਆਪਣਾ ਪੱਖ ਪੇਸ਼ ਕਰੋ, ਤੇ ਸਾਰੀਆਂ ਪੱਖਾਂ ਸਾਰੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਸੀ
इन्हां किसानां कोल इस तरीके नाल पेश हुई है कि जिवें पता नहीं उन्होंने बीते समय किड्डा वड्डा गुनाह कर दिता होवे तां इन्हां कोल इन्हां वास्ते कोई रोड मैप होवे। मतलब कहण दा अर्थ है कि बीते दौर च किसान जथेबंदियां दी जिहड़ी भूमिका आ बड़ी होर तरीके की रही है कि हर चीज़ की आलोचना जेकर कोई भी फैसला उन्होंने करना जे फैसला नहीं मनता तो चल धरना किसान जथेबंदियां चल झंडा लैके उत्थे पहुंच जाना जे भाजपा के नेतावान का विरोध तो किसान जथेबंदियां जेकर विरोधी किसी गुरदास मान उत्थे गया उन्होंने भी स्टेज पर चढ़ दिता। मतलब हर तरीके का जेकर वेख्या जाए तो एस के एम की जी भूमिका बीते दौर से बड़ी होर तरीके की रही है पर इसके बावजूद भी लोग जो किसानों का सत्कार करते रहे किसान जथेबंदियों सहयोग देते रहे क्यों क्योंकि वो उस आशे को लैके चले से कि जो आशा हजार लखा लोगों के संबंधित सी तो उन्होंने हर फैसले को लोगों ने या राजनीतिक पार्टियों ने नतमस्तक होकर उस मान सत्कार दिता पर हुण क्योंकि वो आप उस चीज़ का हिस्सा बन गए ने जिसका हिस्सा जिहड़े ने बाकी पार्टियां ने जैन लोकतंत्र के जी हर पार्ट बन चलो लोकतंत्र के हर व्यक्ति को चोणा लड़न का हक है जो किसान आ गए तो चलो उन्होंने मर्जी पर वो उन्होंने अलाउन चोणा के मैदान में आने के नाल मोर्चा बनाने के नाल ही वो रवायती पार्टियां के निशाने पर आ गए हैं क्योंकि जिस तरीके ने बीते दौर से उन्होंने सवाल करते रहे हूँ कहते अं तुम सवाल करने राजनीति खास तौर पर श्रोमणी अकाली दल सब तो ज्यादा भुड़कता पाया वो कही जाता कि अं कली कली चीज़ का हिसाब मंगना सो यह चीज़ा जीडिया ने यह उसके अक्सर जरूरत बाद जरा धक्का जरा लादियां ने जरा संयुक्त समाज जरा मोर्चा बनया बेशक उन्होंने इन्नी गल कहती कि जरा संयुक्त किसान मोर्चे का संयुक्त समाज मोर्चे का कोई संबंध नहीं हूँ योजन जटेटमेंटा ने एक ही स्टेटमेंट है संयुक्त किसान मोर्चा 32 जथेबंदियों का नहीं है वो 422 जथेबंदियां ने जिड़िया सारिया देश भर दिन ने उन्हों का संयुक्त किसान मोर्चा हूँ वो 32 जथेबंदियां ने 22 सॉरी माफ करना 22 जथेबंदियां निकल के संयुक्त किसान मोर्चा बना लेंदे ने वो दूजे पास एस के एम वाले कह रहे हैं कि संयुक्त समाज मोर्चे का साडा कोई संबंध नहीं तो यह की गल हुई है ना फिर कल जेकर फिर धरना जो कोई लंबाई जा संयुक्त किसान मोर्चा कल जेकर कोई संघर्ष शुरू करता कि यह जरा संयुक्त समाज मोर्चा फिर वो जाके अपनी शमूलीत कर पाएगा प्रश्न तो यह भी है उत्थे फिर इन्हों की भूमिका की होगी पंजाब संयुक्त समाज मोर्चे की भूमिका एक पासे का चोणा लड़न की है दूजे पासे वो किसान ने तो की फिर किसान जथेबंदियां इस मोर्चे को अपने आन देनगे ये बड़ा दुविधा का प्रश्न जेकर किसान जथेबंदियां या किसान मोर्चा इन्हों संयुक्त समाज मोर्चे को अपने ना मना भी लेंदा तो फिर की पंजाब के लोग इन्हों तुरंगे इन्ह किसान जथेबंदियों तुरंगे की वो रवायती पार्टियां की हमायत इन्हों किसानों होगी जिन्ह के रवायती पार्टियां तो उल्ट यह संयुक्त किसान मोर्चा चोन लड़िया होगा उन्होंने हमायती की इन्हों चलनगे सो बड़ा कुछ यहोजा है जिहड़ा इन्होंने प्रश्न जिहड़े आप ही पैदा कर दिते है तो अपनी स्थिति को आप ही लोगों के हासोहीनी जिहड़ी बना दिता है अहीं अपने प्रोग्राम जो करते हैं तो साडियां भी टीका टिप्पणियां जो असीं वेखते हैं तो यह लोग कई यो संदेश देंदे कि अहीं किसानों के इस मोर्चा बनाने के विरुद्ध अहीं बिल्कुल विरुद्ध नहीं हर बंदे नूं लोकतंत्र दे विच हक हैगा कि वह अपना चोन प्रक्रिया दे विच हिस्सा लै सके पर ये नाल ही नाल जरूरी असं इस गल कहने कि तुहाडा वह अक्स बरकरार रहना चाहिए जेडे अक्स को लैके तुसीं अंदोलन शुरू किया जिन्हां दे विच तुहाडी पैठ बनी सी जेडे अक्स को लैके लोग तुहाडा मान सत्कार करते सन राजनीतिक सियासत को हमेशा गंद का टोकरा कहा जाता किसान जथेबंदियां का मान सत्कार उन्ना चिर तक सी जिन्ना चिर तक वह निरोल किसान बन के लोगों के संघर्ष की अगुवाई करते रहे अंदोलन की अगुवाई करते रहे तो जो हूँ तुम आप उस सिस्टम का अंग बन रहे जे जिस सिस्टम में तुम भ्रिष्ट गंद का टोकरा कई कुछ कहते रहे हैं तो फिर तुम तुहाड़ी भूमिका से सवाल उठने तो जायज ने वाजिब ने तो यह सवाल का जवाब तो तुम्हें देना पड़ेगा तो लोगों ने पूछना भी है जी मान साहब सर दूसरा राज्यपाल साहब के बयान के उपर भी टिप्पणियां हो रही ने जिमें उन्होंने कहा कि साडा गठबंधन होगा असं अपना कोई चोन निशान नहीं होगा अभी दूसरे चोन निशान के उपर लड़ांगे तो क्यासराइया यह भी लगाई जा रही ने भी वो चोन निशान झाड़ू हो सकता है जो संयुक्त समाज मोर्चे के वालों अपने कैंडिडेट उतारे जाएंगे वो झाड़ू के निशान से भी उपर लड़ सकते हैं सो एक तो यह तो नहीं क्योंकि राज्यपाल साहब ने पहला भी एक क्यासराइया लगिया से कि वो आम आदमी पार्टी जा रहे हैं आम आदमी पार्टी का सीएम चेहरा हो सकते हैं हुण सिर्फ और सिर्फ उदों उन्होंने चाहे बयान दे दिता सी लोगों के डर वजों भी लोग मैं की कहे भी ये पार्टी बदल के चला गया जो दूसरी पार्टी चला गया किसान मोर्चे का आगू से तो हम कि नहीं कि उन्होंने ड्यू टर्न दोबारा लै लिया हम पहला कले जा रहे थे हम 22 जथेबंदियों लैके आम आदमी पार्टी जा रहे हैं उन्होंने गठबंधन कर जा रहे थे तो टिप्पणियां बहुत हो रही ने कि देखे राजेवाल साहब के इस बयान देखो राजेवाल साहब का जो बयान हूँ इस वे बयान जरा कोई ज्यादा अर्थ रखता नहीं क्योंकि कल की तरीक अगर वेखा जाए तो आम आदमी पार्टी ने भी 60 के करीब ज उस तो ज़्यादा जोड़े उम्मीदवार ने अपने ऐलान दिते है
ਤੇ ਦੂਜੇ ਪਾਸੇ ਹਰਮੀਤ ਸਿੰਘ ਕਾਦੀ ਹੈ ਜਿਹੜਾ ਸੰਯੁਕਤ ਸਮਾਜ ਮੋਰਚੇ ਦਾ ਬੁਲਾਰਾ ਜਾਂ ਕਨਵੀਨਰ ਜਿਹੜੇ ਬਣੇ ਨੇ ਰਾਜੇਵਾਲ ਸਾਹਿਬ ਨਾਲ, ਉਹਨਾਂ ਨੇ ਕਿਹਾ ਸੀ ਕਿ ਅਸੀਂ 117 ਦੀ 117 ਸੀਟਾਂ ਦੀ ਜਿਹੜੀਆਂ ਚੋਣਾਂ ਨੇ ਉਹ ਲੜਦੀਆਂ ਨੇ। ਤਾਂ ਇੱਕ ਪਾਸੇ ਤਾਂ ਤੁਸੀਂ 117 ਸੀਟਾਂ 'ਤੇ ਚੋਣ ਲੜਨ ਦੀ ਗੱਲ ਕਹਿ ਰਹੇ ਜੀ, ਦੂਜੇ ਪਾਸੇ ਜੇਕਰ ਤੁਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਤੁਹਾਡਾ ਹੁੰਦਾ, ਝਾੜੂ ਦੇ ਨਿਸ਼ਾਨ 'ਤੇ ਲੜ ਦਿੰਦੇ, ਤਾਂ ਫਿਰ ਸੀਟਾਂ ਤੁਹਾਨੂੰ ਕਿੰਨੀਆਂ ਕੁ ਦਿੱਤੀਆਂ ਜਾਣਗੀਆਂ, ਫਿਰ ਮੋਰਚੇ ਦੀ ਹੋਂਦ ਜਿਹੜੀ ਆ ਉਹ ਕੀ ਰਹਿ ਜਾਏਗੀ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਰਾਜੇਵਾਲ ਸਾਹਿਬ ਜਾਂ ਇਹ ਸੰਯੁਕਤ ਖਾਸ ਤੌਰ 'ਤੇ ਰਾਜੇਵਾਲ ਸਾਹਿਬ ਆਪ ਹੀ ਸਪਸ਼ਟ ਨਹੀਂ ਆ ਕਿ ਉਹ ਕਰਨਾ ਕੀ ਚਾਹੁੰਦੇ ਆ। ਹਾਲਾਂਕਿ ਬਲਬੀਰ ਸਿੰਘ ਰਾਜੇਵਾਲ ਦਾ ਜਿਹੜਾ ਇਮਜ ਆ, ਜਿਹੜਾ ਅਕਸ ਆ, ਬੜਾ ਇੱਕ ਸੁਲਝੇ ਹੋਏ ਕਿਸਾਨ ਨੇਤਾ, ਸੁਲਝੇ ਹੋਏ ਸਿਆਸਤਦਾਨ, ਮਾਫ਼ ਕਰਦਾ, ਸੁਲਝੇ ਹੋਏ ਕਿਸਾਨ ਨੇਤਾ ਵਾਲਾ ਹੈਗਾ, ਇਮਾਨਦਾਰ। ਇਹੋ ਜਿਹੀ ਜਿਹੜੀ ਸਥਿਤੀ ਸੀ ਕਿਸੇ ਸਮੇਂ ਅਜਮੇਰ ਸਿੰਘ ਲੱਖੋਵਾਲ ਦੀ ਹੁੰਦੀ ਸੀ। ਅਜਮੇਰ ਸਿੰਘ ਲੱਖੋਵਾਲ ਵੀ ਕਿਸਾਨ ਆਗੂ ਸੀ, ਪਰ ਜਦੋਂ ਉਹ ਕਿਸਾਨ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਪੌੜੀ ਚੜ੍ਹਿਆ ਤੇ ਜਾ ਕੇ ਪੰਜਾਬ ਮੰਡੀਕਰਨ ਬੋਰਡ ਦਾ ਚੇਅਰਮੈਨ ਬਣਿਆ, ਤਾਂ ਉਸਦਾ ਉਹ ਅਕਸ ਜਿਹੜਾ ਖਤਮ ਹੋ ਗਿਆ, ਉਹ ਕਦੇ ਅਕਸ ਨਜ਼ਰ ਅਜਮੇਰ ਸਿੰਘ ਲੱਖੋਵਾਲ ਦਾ ਆਇਆ ਹੀ ਨਹੀਂ। ਇਹੋ ਜਿਹਾ ਅਕਸ ਭੁਪਿੰਦਰ ਸਿੰਘ ਮਾਨ ਦਾ ਸੀ, ਉਹ ਵੀ ਬੜਾ ਕਿਸਾਨ ਲੀਡਰ ਸੀ ਭਾਰਤੀ ਕਿਸਾਨ ਯੂਨੀਅਨ ਦਾ। ਜਦੋਂ ਉਹ ਵੀ ਲੀਡਰ ਬਣਿਆ, ਪਰ ਕਾਂਗਰਸ ਦੀ ਟਿਕਟ ਤੋਂ ਇੱਕ ਦੋ ਵਾਰੀ ਉਹ ਰਾਜ ਸਭਾ ਮੈਂਬਰ ਬਣੇ ਤੇ ਬਾਅਦ ਵਿੱਚ ਉਹ ਵੀ ਸਮੇਂ ਦੇ ਧੂਲ ਚਿਹੇ ਗੁਆਚੇ ਕਦੇ ਸਾਹਮਣੇ ਨਹੀਂ ਆਏ। ਤਾਂ ਜੇਕਰ ਬਲਬੀਰ ਸਿੰਘ ਰਾਜੇਵਾਲ ਹੋਣਾ ਦੀ ਇਹ ਸਥਿਤੀਆਂ ਜਿਹੜੀਆਂ ਤੁਸੀਂ ਬਿਆਨ ਕਰ ਰਹੇ ਜੇ ਕਿ ਜਿਸ ਤਰੀਕੇ ਨਾਲ ਉਹ ਆਮ ਆਦਮੀ ਪਾਰਟੀ ਦੇ ਨਿਸ਼ਾਨ 'ਤੇ ਚੋਣ ਲੜਨਾ ਚਾਹੁੰਦੇ ਨੇ, ਆਮ ਆਦਮੀ ਪਾਰਟੀ ਵੱਲੋਂ ਵੀ ਉਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ਦੇ ਵਿੱਚ ਪੇਸ਼ ਕੀਤੇ ਜਾਂਦੀਆਂ ਯੋਜਨਾਵਾਂ ਜਿਹੜੀਆਂ ਬੀਤੇ ਸਮੇਂ 'ਚ ਬਣਦੀਆਂ ਰਹੀਆਂ ਨੇ, ਹੋ ਸਕਦਾ ਕਿ ਬਿਲਕੁਲ ਠੀਕ ਹੋਵੇ, ਪਰ ਇਸ ਸਭ ਦੇ ਨਾਲ ਨਾਲ ਰਾਜੇਵਾਲ ਹੋਣਾ ਦਾ ਜਿਹੜਾ ਵਜੂਦ ਆ, ਜਿਹੜਾ ਅਕਸ ਆ, ਉਹ ਹੁਣ ਧੁੰਦਲਾ ਪੈਣਾ ਸ਼ੁਰੂ ਹੋ ਜਾਵੇਗਾ। ਕਿਉਂ? ਕਿਉਂਕਿ ਹੁਣ ਉਹ ਕਿਸਾਨ ਆਗੂ ਨਹੀਂ ਰਹਿਣਗੇ, ਜਿਤਨਾ ਮਰਜ਼ੀ ਕਰਨ, ਭਾਈ ਉਹ ਮੋਰਚੇ ਦੇ ਰੂਪ 'ਚ ਚੋਣਾਂ ਲੜਨ, ਚਾਹੇ ਝਾੜੂ ਦੇ ਨਿਸ਼ਾਨ 'ਤੇ ਲੜਨ, ਚਾਹੇ ਝਾੜੂ ਨੂੰ ਸਹਿਯੋਗ ਦੇਣ ਜਾਂ ਨਾ ਦੇਣ, ਹੁਣ ਉਹਨਾਂ ਦਾ ਅਕਸ ਇੱਕ ਉਸ ਰਾਜਨੀਤਿਕ ਆਗੂ ਵਾਲਾ ਬਣੇਗਾ, ਜਿਹੜਾ ਰਾਜਨੀਤਿਕ ਆਗੂ ਆਮ ਜਿਹੜੇ ਦੂਜੇ ਤੁਰੇ ਫਿਰਦੇ ਨੇ, ਚਾਹੇ ਜਮੇਰ ਸਿੰਘ ਲੱਖੋਵਾਲ ਸੀ, ਚਾਹੇ ਭੁਪਿੰਦਰ ਸਿੰਘ ਮਾਨ ਹੋਵੇ ਜਾਂ ਕੋਈ ਵੀ ਹੋਵੇ। ਸੋ ਅਜਿਹੀ ਸਥਿਤੀ ਦੇ ਵਿੱਚ ਗੱਲ ਉਸ ਅਕਸ ਦੀ ਹੈ ਕਿ ਜਿਹੜਾ ਅਕਸ ਲੋਕਾਂ ਦੇ ਵਿੱਚ ਬਣਿਆ। ਬਾਕੀ ਜੇਕਰ ਝਾੜੂ ਦੇ ਨਿਸ਼ਾਨ 'ਤੇ ਚੋਣ ਲੜਦੇ ਨੇ ਤਾਂ ਠੀਕ ਹੈ, ਝਾੜੂ ਦੇ ਨਿਸ਼ਾਨ 'ਤੇ ਲੜ ਸਕਦੇ ਨੇ। ਦੂਜੇ ਪਾਸੇ ਜੇਕਰ ਉਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਹੋਰ ਉਹਨਾਂ ਦੇ ਤੰਜ ਕੱਸਣਗੇ, ਇਹ ਤਾਂ ਕਿਸਾਨ ਮੋਰਚੇ ਵਾਸਤੇ ਹੁਣ ਤਾਂ ਚੰਗੀ ਗੱਲ ਇਹੋ ਹੀ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਾਇਆ ਆਪਣੇ ਦਮਖਮ 'ਤੇ ਹੀ ਚੋਣਾਂ ਲੜ ਕੇ ਆਪਣੀ ਸਥਿਤੀ ਦਾ ਵਿਸ਼ਲੇਸ਼ਣ ਕਰੇ ਕਿ ਉਹ ਕਿੱਥੋਂ ਤੱਕ ਖਲੋਤੇ ਨੇ ਤਾਂ ਲੋਕ ਉਹਨਾਂ ਦਾ ਕਿੱਥੋਂ ਤੱਕ ਸਾਥ ਦਿੰਦੇ ਨੇ, ਤੇ ਜੇਕਰ ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਪੌੜੀ ਚੜ੍ਹਨਾ ਜਾਂ ਉਹਦੇ ਨਾਲ ਸਹਿਯੋਗ ਬਣਨਾ, ਫਿਰ ਤਾਂ ਇਹ ਕੁਦਰਤੀ ਹੈ ਕਿ ਫਿਰ ਆਮ ਆਦਮੀ ਪਾਰਟੀ, ਮਾਫ਼ ਕਰਦਾ, ਕਿ ਸੰਯੁਕਤ ਸਮਾਜ ਮੋਰਚੇ ਦੀ ਪਹਿਲਾਂ ਹੀ ਹਵਾ ਜਿਹੜੀ ਆ ਉਹ ਨਿਕਲ ਗਈ। ਉਹਨਾਂ ਨੂੰ ਆਪਣਾ ਦਮਖਮ ਹੁਣ ਵੇਖਣਾ ਚਾਹੀਦਾ ਔਰ ਇੰਡੀਪੈਂਡੈਂਟ ਤੌਰ 'ਤੇ ਹੀ ਆਪਣੇ ਮੋਰਚੇ ਦੇ ਆਧਾਰ 'ਤੇ ਹੀ ਚੋਣਾਂ ਜਿਹੜੀਆਂ ਉਹ ਲੜਨੀਆਂ ਚਾਹੀਦੀਆਂ ਨੇ। ਜੀ ਮਾਨ ਸਾਹਿਬ, ਸੋਨਕੀ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਇਹਨਾਂ ਖੂਬਸੂਰਤ ਖਬਰਾਂ ਦਾ ਖੂਬਸੂਰਤ ਵਿਸ਼ਲੇਸ਼ਣ ਕੀਤਾ, ਜੋ ਕਿ ਅਹਿਮ ਖਬਰਾਂ ਪੰਜਾਬ ਦੀਆਂ ਰਹੀਆਂ ਨੇ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਹੋਰ ਖਬਰਾਂ ਦਾ ਹੋਵੇਗਾ ਐਨਾਲਿਸਿਸ ਪ੍ਰੋਫੈਸਰ ਅਣਖੀ ਵੱਲੋਂ। ਉਹ ਤੱਕ ਸਾਨੂੰ ਦਿਓ ਇਜਾਜ਼ਤ, ਧੰਨਵਾਦ।